ਜਲੰਧਰ ਕੈਂਟ ਦੇ ਵਿੱਚ ਨਜਾਇਜ਼ ਉਸਾਰੀਆਂ ਦਾ ਮੁੱਦਾ ਭਖਦਾ ਜਾ ਰਿਹਾ ਹੈ ਅਤੇ ਸ਼ਿਕਾਇਤਕਰਤਾ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਲੋਕਪਾਲ ਨੂੰ ਕੀਤੀ ਗਈ ਸੀ। ਲੋਕਪਾਲ ਤੋਂ ਬਾਅਦ ਲੋਕਪਾਲ ਦੇ ਵੱਲੋਂ ਰਕਸ਼ਾ ਮੰਤਰਾਲਿਆਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਸੀਗਾ, ਜਿਸ ਤੋਂ ਬਾਅਦ ਕਿ ਜਦੋਂ ਕੈਂਟ ਬੋਰਡ ਦੇ ਆਫਿਸ ਸੁਪਰੀਡੈਂਟ ਦੇ ਕੋਲੋਂ ਸਵਾਲ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੀ ਹਾਂ ਅਤੇ ਪੂਰਾ ਮਾਮਲਾ ਕੀ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਰਮਨਦੀਪ ਜ਼ੀਰਕਪੁਰ ਤੋਂ। ਮੈਂ CM ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ 600 ਯੂਨਿਟ ਮਾਫ਼ ਕੀਤੀ ਔਰ ਜਿਹਦੇ ਨਾਲ ਸਾਡਾ ਖਰਚੇ ਘੱਟ ਹੋਏ ਔਰ ਪੈਸੇ ਵੀ ਬਚਣੇ ਸ਼ੁਰੂ ਹੋਏ। ਨਮਸਕਾਰ ਜੀ, ਸਭ ਤੋਂ ਪਹਿਲੇ ਮੈਂ CM ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹਤਾ ਹੂੰ, ਜਿਨ੍ਹਾਂ ਨੇ ਇਸ ਮਹਿੰਗਾਈ ਕੇ ਦੌਰ ਮੈਂ 600 ਯੂਨਿਟ ਫ੍ਰੀ ਵਾਲੀ ਬਿਜਲੀ ਕੀ ਜੋ ਸਕੀਮ ਚਲਾਈ ਹੈ, ਇਸੇ ਹਮੇਂ ਬਹੁਤ ਰਾਹਤ ਮਿਲੀ ਹੈ। ਇਸ ਚੀਜ਼ ਕੇ ਲੀਏ ਮੈਂ ਦੁਬਾਰਾ ਫਿਰ ਸੇ ਧੰਨਵਾਦ ਕਰਨਾ ਚਾਹਤਾ ਹੂੰ CM ਸਾਹਿਬ ਕਾ। ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਿਟ ਬਿਜਲੀ ਮੁਫ਼ਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ। ਮੁਫ਼ਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ। 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ, 90% ਘਰਾਂ ਨੂੰ ਉਹਦਾ ਫਾਇਦਾ ਹੋਇਆ। ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ 'ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹੱਦ ਖੁਸ਼ ਹਨ। ਉਹ ਵੀ ਤੁਹਾਨੂੰ ਇੱਕ ਵਾਰੀ ਦੱਸ ਦਿੰਦੇ ਹਾਂ। ਜਲੰਧਰ ਕੈਂਟ 'ਚ ਨਜਾਇਜ਼ ਉਸਾਰੀਆਂ ਦਾ ਭਖਿਆ ਮੁੱਦਾ। ਲੋਕਪਾਲ ਕੋਲ ਪਹੁੰਚੀ ਸੀ ਸ਼ਿਕਾਇਤ। ਕੈਂਟ ਬੋਰਡ ਦੇ ਸੁਪਰੀਡੈਂਟ ਨੇ ਕਾਰਵਾਈ ਕਰਨ ਦਾ ਕੀਤਾ ਸੀ ਦਾਅਵਾ। ਪਰ ਹੁਣ ਤੱਕ ਨਹੀਂ ਹੋਇਆ ਕੋਈ ਐਕਸ਼ਨ। ਸ਼ਰੇਆਮ ਚੱਲ ਰਿਹਾ ਨਜਾਇਜ਼ ਉਸਾਰੀਆਂ ਦਾ ਕੰਮ। ਜਲੰਧਰ ਕੈਂਟ 'ਚ ਨਜਾਇਜ਼ ਉਸਾਰੀਆਂ ਨੂੰ ਲੈ ਕੇ ਮੁੱਦਾ ਉੱਠਿਆ ਸੀ, ਜਿਸ ਤੋਂ ਬਾਅਦ ਸ਼ਿਕਾਇਤ ਲੋਕਪਾਲ ਕੋਲ ਪਹੁੰਚੀ ਸੀ ਅਤੇ ਰਕਸ਼ਾ ਮੰਤਰਾਲਿਆਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਇਸ ਬਾਰੇ ਜਦੋਂ ਜਲੰਧਰ ਕੈਂਟ ਬੋਰਡ ਦੇ ਆਫਿਸ ਸੁਪਰੀਡੈਂਟ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਲੋਕਪਾਲ ਦੀਆਂ ਹਦਾਇਤਾਂ ਮੁਤਾਬਿਕ ਐਕਸ਼ਨ ਲਿਆ ਜਾ ਰਿਹਾ ਹੈ ਅਤੇ ਪ੍ਰੋਪਰਟੀ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਅਤੇ ਇਸ ਮਾਮਲੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਅਤੇ ਨਜਾਇਜ਼ ਉਸਾਰੀਆਂ ਦਾ ਕੰਮ ਉਸੇ ਤਰ੍ਹਾਂ ਸ਼ਰੇਆਮ ਚੱਲ ਰਿਹਾ ਹੈ। ਕੈਂਟ ਬੋਰਡ ਦੇ ਆਫਿਸ ਸੁਪਰੀਡੈਂਟ ਰਜੇਸ਼ ਅਟਵਾਲ ਦਾ ਕੀ ਬਿਆਨ ਸੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਇਸ ਵੇਲੇ 41 ਬਿਲਡਿੰਗਸ ਹੈਗੀਆਂ ਜਿਹੜੀਆਂ ਕਿ ਲੋਕਪਾਲ ਦੇ ਆਰਡਰ ਦੇ ਵਿੱਚ ਲਿਸਟਡ ਹੈਗੀਆਂ। ਆਊਟ ਆਫ ਦੈਟ 16 ਦੇ ਵਿੱਚ ਪਰਮਿਸ਼ਨਸ ਦਿੱਤੀ ਗਈ ਸੀ ਔਰ ਉਹਦੇ ਵਿੱਚ ਬਿਓਂਡ ਦੀ ਪਰਮਿਸ਼ਨ ਤੋਂ ਬਾਅਦ ਜਿਹੜੀਆਂ ਵਾਇਲੇਸ਼ਨ ਸੀਗੀਆਂ ਉਹਦੇ ਅਗੇਂਸਟ ਵੀ ਨੋਟਿਸ ਜਾਰੀ ਕੀਤੇ ਆ ਔਰ ਜੋ ਕਾਨੂੰਨ ਦੇ ਮੁਤਾਬਕ ਕੰਟੋਨਮੈਂਟ ਐਕਟ ਦੀ ਪ੍ਰੋਵੀਜ਼ਨ ਦੇ ਮੁਤਾਬਕ ਜੋ ਵੀ ਪ੍ਰਾਵਧਾਨ ਹੋਊਗਾ ਉਹਦਾ ਐਕਸ਼ਨ ਲਿਆ ਜਾਊਗਾ ਔਰ ਲਿਆ ਜਾ ਰਿਹਾ ਜੀ। ਪਬਲਿਕ ਨੂੰ ਨੋਟਿਸ ਦਿੱਤੇ ਜਾ ਰਹੇ ਹੈ ਔਰ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।